ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਡੇ ਯੂਟਿਊਬ ਚੈਨਲ ਦਾ ਬਹੁਤ ਬਹੁਤ ਸਵਾਗਤ ਆ ਅਤੇ ਆਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਇਹ ਬਿਲਕੁਲ ਠੀਕ ਹੋਵੋਗੇ। ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਤਪ ਅਸਥਾਨ ਭਗਤ ਜਲੰਦਾਸ ਜੀ ਅਤੇ ਬੀਬੀ ਰਾਮਕੀ ਜੀ ਦੇ ਗੁਰਦੁਆਰਾ ਸਾਹਿਬ, ਜੋ ਕਿ ਪਿੰਡ ਨੌਸ਼ਹਿਰਾ ਢਾਲਾ ਵਿੱਚ ਸਥਿਤ ਆ। ਇਹ ਪਿੰਡ ਬਿਲਕੁਲ ਹੀ ਬਾਰਡਰ ਦੇ ਉੱਤੇ ਪੈਂਦਾ ਆ। ਅੱਜ ਆਪਾਂ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਵਾਂਗੇ। ਇਸ ਸਥਾਨ 'ਤੇ ਵਿਸਾਖੀ ਵਾਲੇ ਦਿਨ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ ਅਤੇ ਸੰਗਤਾਂ ਬੜੀ ਹੀ ਧੂਮਧਾਮ ਨਾਲ ਗੁਰੂ ਜੀ ਦਾ ਮੇਲਾ ਜਿਹੜਾ ਮਨਾਉਂਦੀਆਂ ਨੇ। ਅਤੇ ਇਸ ਸਥਾਨ 'ਤੇ ਭਗਤ ਜੀ ਦਾ ਜੋ ਇਤਿਹਾਸਿਕ ਖੂਹ ਆ, ਉਸ ਸਥਾਨ 'ਤੇ ਮੇਲੇ ਵਾਲੇ ਦਿਨ ਬਲਦਾਂ ਦੀਆਂ ਦੌੜਾਂ ਵੀ ਹੁੰਦੀਆਂ ਨੇ। ਅਤੇ ਅੱਜ ਆਪਾਂ ਤੁਹਾਨੂੰ ਉਸ ਸਥਾਨ 'ਤੇ ਕਰਵਾਉਣੇ ਆ ਦਰਸ਼ਨ। ਅਤੇ ਸਾਡੀ ਵੀਡੀਓ ਦੇ ਨਾਲ ਜ਼ਰੂਰ ਜੁੜੇ ਰਹੋ ਅਤੇ ਜਿਹੜੇ ਵੀਰ ਨਵੇਂ ਆਏ ਆ ਉਹ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਕਿਉਂਕਿ ਨਵੀਆਂ ਨਵੀਆਂ ਵੀਡੀਓਜ਼ ਤੁਹਾਡੇ ਵਾਸਤੇ ਅਸੀਂ ਬਣਾਉਂਦੇ ਰਹਾਂਗੇ। ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ। ਸਭ ਤੋਂ ਪਹਿਲਾਂ ਜੀ ਆਪਾਂ ਭਗਤ ਜੀ ਦੇ ਇਤਿਹਾਸਿਕ ਖੂਹ ਦੇ ਦਰਸ਼ਨ ਕਰਾਂਗੇ, ਜਿਸ ਸਥਾਨ 'ਤੇ ਭਗਤ ਜੀ ਸੇਵਾ ਕਰਦੇ ਰਹੇ ਨੇ ਅਤੇ ਸੰਗਤਾਂ ਨੂੰ ਜਲ ਛਕਾਇਆ ਕਰਦੇ ਸੀ ਇਸ ਸਥਾਨ 'ਤੇ। ਤੁਸੀਂ ਖੂਹ ਦੇਖ ਸਕਦੇ ਜੇ ਇਸ ਇੱਥੇ ਇਸ ਖੂਹ 'ਤੇ ਹੀ ਮੇਲੇ 'ਤੇ ਬਲਦਾਂ ਦੀਆਂ ਜਿਹੜੀਆਂ ਦੌੜਾਂ ਉਹ ਕਰਾਈਆਂ ਜਾਂਦੀਆਂ ਵਾ। ਜਦੋਂ ਵਿਸਾਖੀ ਦਾ ਮੇਲਾ ਹੁੰਦਾ ਤੁਸੀਂ ਉਦੋਂ ਦੇਖ ਸਕਦੇ ਜੇ ਆ ਕੇ। ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ। ਇਸ ਗੁਰਦੁਆਰੇ ਦਾ ਸੰਬੰਧ ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੈ। ਇਹ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਜੀ। ਅਤੇ ਸਭ ਤੋਂ ਪਹਿਲਾਂ ਆਪਾਂ ਸਰੋਵਰ ਵੱਲ ਜਾਵਾਂਗੇ। ਨਾਲੇ ਇੱਥੋਂ ਦਾ ਇਤਿਹਾਸ ਜਾਣਦੇ ਹਾਂ। ਸੰਗਤ ਜੀ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਸਥਾਨ 'ਤੇ ਇਸ਼ਨਾਨ ਕਰਨ ਨਾਲ ਜੋ ਪੈਰਾਂ ਦੀਆਂ ਭੌਰੀਆਂ ਨੇ ਉਹ ਬਿਲਕੁਲ ਠੀਕ ਹੋ ਜਾਂਦੀਆਂ ਨੇ। ਅਤੇ ਹੁਣ ਆਪਾਂ ਪਹਿਲਾਂ ਸਰੋਵਰ ਦਾ ਇੱਥੋਂ ਜਲ ਡੁੱਬੀ ਇਤਿਹਾਸ ਪੜ੍ਹਦੇ ਹਾਂ। ਬ੍ਰਹਮ ਗਿਆਨੀ ਭਗਤ ਜਲੰਦਾਸ ਜੀ ਅਤੇ ਮਾਈ ਰਾਮਕੀ ਜੀ, ਇਹ ਇੱਥੋਂ ਦਾ ਜਲ ਡੁੱਬੀ ਇਤਿਹਾਸ ਆ। ਸੰਗਤ ਜੀ ਇੱਥੋਂ ਦਾ ਇਤਿਹਾਸ ਇਹ ਵੀ ਦੱਸਿਆ ਜਾਂਦਾ ਹੈ ਕਿ ਭਗਤ ਜਲੰਦਾਸ ਜੀ ਦਾ ਜਨਮ ਸਥਾਨ ਹੁਣ ਪਾਕਿਸਤਾਨ ਵਿੱਚ ਹੈ। ਵਿਆਹ ਤੋਂ ਬਾਅਦ ਮਾਈ ਰਾਮਕੀ ਜੀ ਨੂੰ ਲੈ ਕੇ ਭਗਤ ਜੀ ਨੌਸ਼ਹਿਰਾ ਢਾਲਾ ਦੇ ਸਥਾਨ 'ਤੇ ਭਗਤੀ ਕਰਦੇ ਸਨ। ਇੱਕ ਵਾਰ ਇੱਕ ਚੀਚੇ ਦਾ ਜੋੜਾ ਗੁਰੂ ਹਰਗੋਬਿੰਦ ਜੀ ਪਾਸ ਪੁੱਤਰ ਦੀ ਦਾਤ ਮੰਗਣ ਲਈ ਕਿਹਾ ਤਾਂ ਉਹਨਾਂ ਨੇ ਉਹਨਾਂ ਸਿੰਘਾਂ ਨੂੰ ਭਗਤ ਜਲੰਦਾਸ ਜੀ ਕੋਲ ਭੇਜਿਆ ਸੀ। ਜਦੋਂ ਉਹ ਭਗਤ ਜੀ ਪਾਸ ਆਏ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਘਰ ਔਲਾਦ ਦੀ ਦਾਤ ਨਹੀਂ ਲਿਖੀ। ਤਾਂ ਭਗਤ ਜੀ ਦੇ ਬੱਚਿਆਂ ਨੇ ਕਿਹਾ ਕਿ ਪਿਤਾ ਜੀ ਜੋ ਮੰਗਦੇ ਹਨ ਦੇ ਦਿਓ। ਤਾਂ ਉਹਨਾਂ ਕਿਹਾ ਕਿ ਇਹ ਪੁੱਤਰ ਦੀ ਦਾਤ ਮੰਗਦੇ ਹਨ। ਤਾਂ ਉਹਨਾਂ ਕਿਹਾ ਦੇ ਦਿਓ। ਭਗਤ ਜੀ ਨੇ ਕਿਹਾ ਕਿ ਇਸ ਨਾਲ ਤੁਹਾਨੂੰ ਬਹੁਤ ਕੁਝ ਕਰਨਾ ਅਤੇ ਸਹਿਣਾ ਪਵੇਗਾ। ਉਹਨਾਂ ਕਿਹਾ ਜੋ ਵੀ ਸਾਨੂੰ ਕਰਨਾ ਪਵੇਗਾ ਅਸੀਂ ਕਰ ਲਵਾਂਗੇ। ਤਾਂ ਇਹ ਸੁਣ ਕੇ ਭਗਤ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਘਰ ਪੁੱਤਰ ਦਾ ਜਨਮ ਜ਼ਰੂਰ ਹੋਵੇਗਾ ਅਤੇ ਆਪਣੇ ਬੱਚਿਆਂ ਨੂੰ ਇਸ਼ਨਾਨ ਕਰਵਾ ਕੇ ਉਹਨਾਂ ਨੂੰ ਸਵਾ ਦਿੱਤਾ ਅਤੇ ਉੱਪਰ ਚਿੱਟੀ ਚਾਦਰ ਪਾ ਦਿੱਤੀ। ਜਦ ਮਾਈ ਰਾਮਕੀ ਜੀ ਨੇ ਚਿੱਟੀ ਚਾਦਰ ਚੁੱਕੀ ਤਾਂ ਦੋਨੋਂ ਬੱਚੇ ਰੱਬ ਨੂੰ ਪਿਆਰੇ ਹੋ ਚੁੱਕੇ ਸਨ।
ਤਾਂ ਇਹ ਦੇਖ ਕੇ ਮਾਈ ਰਾਮਕੀ ਜੀ ਨੇ ਭਗਤ ਜੀ ਨੂੰ ਕਿਹਾ, ਸਵਾਮੀ ਜੀ ਇਸ ਤਰ੍ਹਾਂ ਸਾਡਾ ਤਾਂ ਸੰਸਾਰ ਵਿੱਚ ਨਾਮ ਹੀ ਨਹੀਂ ਰਹੇਗਾ। ਤਾਂ ਭਗਤ ਜੀ ਨੇ ਕਿਹਾ, ਜਲਣ ਖੱਟੇ ਖਾਵੇ ਗੋਲਾ, ਗੋਲੇ ਦੀ ਔਲਾਦ ਜਦ ਹੋਏਗੀ ਤਾਂ ਸਾਡਾ ਨਾਮ ਸਾਰੀ ਦੁਨੀਆ ਵਿੱਚ ਚੱਲੇਗਾ। ਅਤੇ ਕੁਝ ਹੀ ਸਮਾਂ ਪਾ ਕੇ ਸੰਗਤ ਜੀ ਉਸ ਚੀਚੇ ਦੇ ਜੋੜੇ ਘਰ ਪੁੱਤਰ ਦਾ ਜਨਮ ਹੋਇਆ। ਜਦ ਉਹਨਾਂ ਦਾ ਪੁੱਤਰ ਥੋੜ੍ਹਾ ਵੱਡਾ ਹੋਇਆ ਤਾਂ ਉਹ ਗੁਰੂ ਜੀ ਪਾਸ, ਭਗਤ ਜੀ ਪਾਸ ਆਏ ਤਾਂ ਉਹਨਾਂ ਨੇ ਕਿਹਾ ਕਿ ਕੁਝ ਸਾਡੀ ਸੇਵਾ ਲਗਾਓ। ਤਾਂ ਭਗਤ ਜੀ ਨੇ ਉਹਨਾਂ ਨੂੰ ਸੰਗਤ ਵਾਸਤੇ ਖੂਹ ਲਵਾਉਣ ਲਈ ਕਿਹਾ, ਜਿਸ ਦੇ ਆਪਾਂ ਤੁਹਾਨੂੰ ਪਹਿਲਾਂ ਹੀ ਦਰਸ਼ਨ ਕਰਵਾ ਚੁੱਕੇ ਹਾਂ। ਹੁਣ ਆਪਾਂ ਇੱਥੋਂ ਦਰਬਾਰ ਦੇ ਦਰਸ਼ਨ ਕਰਦੇ ਹਾਂ। ਜੀ ਦਰਬਾਰ ਦਰਸ਼ਨ ਕਰਕੇ ਆਪਾਂ ਹੁਣ ਆ ਗਏ ਹਾਂ ਬਾਹਰ। ਹੁਣ ਆਪਾਂ ਇੱਧਰ ਤੁਹਾਨੂੰ ਭਗਤ ਜੀ ਦਾ ਘਰ ਅਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ। ਵੀਡੀਓ ਸਾਡੀ ਨਾਲ ਜ਼ਰੂਰ ਜੁੜੇ ਰਹੋ। ਇੱਧਰ ਸੰਗਤਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਾਈ ਹੋਈ ਆ, ਤੁਸੀਂ ਦੇਖ ਸਕਦੇ ਜੇ। ਦੇਖ ਸਕਦੇ ਤੁਸੀਂ ਬਾਬਾ ਜੀ ਦਾ ਘਰ ਅਸਥਾਨ ਭਗਤ ਜਲਨ ਦਾਸ ਜੀ। ਹੁਣ ਆਪਾਂ ਤੈਨੂੰ ਇੱਥੋਂ ਦੇ ਕਰਾਉਣੇ ਆ ਦਰਸ਼ਨ।
ਹੈ ਜੀ ਭਗਤ ਜੀ ਦਾ ਘਰ ਅਸਥਾਨ, ਅਤੇ ਇੱਧਰ ਨਾਲ ਹੀ ਆਪਾਂ ਸਾਈਂ ਭੌਰ ਸ਼ਾਹ ਜੀ ਵੀ ਪੀਰਾਂ ਦੀ ਜਗ੍ਹਾ ਉੱਥੇ ਦਰਸ਼ਨ ਕਰਾਂਗੇ, ਨਾਲੇ ਤੁਹਾਨੂੰ ਕਰਵਾਉਂਦੇ ਹਾਂ ਸਾਈਂ ਭੌਰ ਸ਼ਾਹ ਜੀ। ਦਰਬਾਰ ਦੇ ਦਰਸ਼ਨ ਕੀਤੇ, ਫਿਰ ਆਪਾਂ ਭਗਤ ਜੀ ਦਾ ਘਰ ਅਸਥਾਨ ਦੇ ਦਰਸ਼ਨ ਕੀਤੇ ਨੇ, ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਥੋਂ ਦੇ ਲੰਗਰ ਹਾਲ ਦੇ ਵਿੱਚ, ਲੰਗਰ ਹਾਲ ਦਿਖਾਉਣੇ ਆ। ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਦੇਖ ਸਕਦੇ ਜੀ, ਸੰਗਤਾਂ ਪ੍ਰਸ਼ਾਦਾ ਛਕ ਰਹੀਆਂ ਨੇ, ਅਤੇ ਇੱਧਰ ਜੂਠੇ ਭਾਂਡਿਆਂ ਦੀ ਸੇਵਾ ਚੱਲ ਰਹੀ ਹੈ, ਅਤੇ ਨਾਲ ਹੀ ਵੀਰ ਇੱਧਰ ਜਲ ਛਕਾ ਰਹੇ ਨੇ, ਤੁਸੀਂ ਦੇਖ ਸਕਦੇ ਜੀ। ਇੱਧਰ ਤੁਸੀਂ ਲੰਗਰ ਬਣਦਾ ਦੇਖ ਸਕਦੇ ਜੀ, ਸੇਵਾ ਕਰ ਰਹੇ ਨੇ ਸੰਗਤ, ਇੱਧਰ ਬੀਬੀਆਂ ਫੁਲਕੀਆਂ ਦੀ ਸੇਵਾ ਕਰ ਰਹੀਆਂ ਨੇ। ਅਤੇ ਇੱਧਰ ਲੱਗਾ ਹੋਇਆ ਜੀ ਚਾਹ ਦਾ ਲੰਗਰ, ਤੁਸੀਂ ਦੇਖ ਸਕਦੇ ਜੀ। ਲਓ ਜੀ ਗੁਰਦੁਆਰੇ ਸਾਹਿਬ ਤੁਹਾਨੂੰ ਆਪਾਂ ਕਰਾਤੇ ਹੁਣ ਦਰਸ਼ਨ, ਹੁਣ ਆਪਾਂ ਜਾ ਰਹੇ ਹਾਂ ਵਾਪਸ, ਅਤੇ ਦੁਕਾਨਾਂ ਵੇਖ ਸਕਦੇ ਤੁਸੀਂ ਕਿੰਨੀਆਂ ਲੱਗੀਆਂ। ਅਤੇ ਸਾਰੇ ਵੀਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ, ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।